ਪਉਤੀ ਅੰਗ 116 ਪਰਮ ਪੂ ਜੀ ਇੱਕ ਵਾਹਿਰੂ ਸੱਚੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਸ਼ੀਦਾ ਦੇ ਸਰਤਾਜ ਗੁਰੂ ਗਰੀਵਨਵਾਜ ਜੀ ਦੀ ਸੋ ਸੱਚੀ ਬੰਸਾਵਲੀ ਆਰੰਭ ਤੇਗ ਬਹਾਦਰ ਸਿਮਰਿਆ ਕਰ ਨੌ ਨੇ ਦੇ ਆਵਤਾਈ ਮਿੱਠ ਬੋਲੜਾ ਜੀ ਹਾਰੇ ਸਜਾਣੁ ਸੁਆਮੀ ਮੋਰਾ ਅਤੇ ਸੁੰਦਰ ਮਨ ਮੋਹਨ ਪਿਆਰੀ ਸਭੂ ਮਾ ਦੇ ਨਿਰਾਰੇ ਸਰੂਪ ਪਉਣਿਕ ਸੱਚੇ ਸਤਿਗੁਰੂ ਨਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੋੜ ਵੰਸ ਤਨ ਹਨ ਤਨ ਹਨ ਤਨ ਹਨ ਪਰਮ ਪਉਣਿਕ ਵਾਹਿਗੁਰੂ ਸੱਚੇ ਸਬਦ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਨ ਹਨ ਹੁਣ ਸੀਸ ਕੁਰਬਾਨ ਕਰ ਰਹੇ ਹਨ ਪੁੱthiaੰਗ 617 ਵਾਹਿਗੁਰੂ ਅਮਰਤ ਸਰੂਪ ਪਰਮਪਤਰ ਸਭ ਅਵਤਾਰ ਕਥਾ ਮਾਤਾ ਪਿਤਾ ਜੀ ਤੇ ਪ੍ਰੇਮੀ ਆਪ ਜੀ ਨੂੰ ਅਤਿਅੰਥੀ ਪ੍ਰੇਮ ਨਾਲ ਝੁਕ ਕੇ ਜਾਪ ਕਰਾਉਂਦੇ ਆਪ ਜੀ ਦੇ ਪਰਮ ਪੂਜਨੀਕ ਪਿਤਾ ਦਲ ਪੰਜਾਣਾ ਗੋਰੂ ਸੂਰਮਾ ਵੱਡ ਜੋਦਾ ਬਹੁ ਪਰਪਕਾਰੀ ਵਾਹਿਗੁਰੂ ਸੱਚੇ ਸਤਿਗੁਰੂ ਸ਼ਿਵੇਂ ਪਾਤਸ਼ਾਹ ਜੀ ਸ੍ਰੀ ਅਨੰਤ ਸਾਹਿਬ ਜੀ ਗੁਰੂ ਕੇ ਮਹਿਲਾ ਵਿਖੇ ਅਚਾਰਜ ਮਹਾਵਸਮਾ ਬੇਪਰਵਾਹ ਵਿਗਾਸ ਨਾਮ ਰੰਗ ਚ ਲੀਨ ਸਜੇ ਹੋਏ ਸਨ ਜਥਾ ਪਾਰ ਬ੍ਰਹਮ ਗੋਰੂ ਬੇਪਰਵਾਹੀ ਆਵ ਜੀ ਦੇ ਮਹਿਲ ਪ੍ਰੇਮ ਭਗਤੀ ਦੇ ਅਵਤਾਰ ਵਰਣ ਪੂਰੀ ਨੀਕ ਜਗਤ ਮਾਤਾ ਨਾਨਕੀ ਜੀ ਸਾ ਗੁਣਵੰਤੀ ਸਾ ਵੱਡ ਭਾਗਾਣੇ ਪੁੱਤਰਵੰਤੀ ਸੀਲਵੰਤੀ ਸੋਹਾਗਾਣੇ ਰੂਪਵੰਤੇ ਸਾ ਸੁਗੋੜੇ ਵਿਚਖਾਣੇ ਜੋ ਤਨ ਕੰਤ ਪਿਆਰੀ ਜੀਓ ਅਨਸਾਰ ਪੂਰਨ ਪ੍ਰੇਮ ਸਤਕਾਰ ਨਾਲ ਆਪ ਜੀ ਭਾਵ ਮਹੱਲੇ ਸੇਵੇਂ ਜੀ ਨੂੰ ਪੱਖਾ ਚੱਲ ਰਹੇ ਸਨ ਬਾਬਾ ਰਲ ਰਹੇ ਜੀ ਖੇਡ ਰਹੇ ਸਨ ਤਨ ਸ੍ਰੀ ਗੁਰੂ ਸਾਹਿਬ ਜੀ ਆਪਣੇ ਸੁਪੁੱਤਰ ਨੂੰ ਪਿਆਰ ਨਾਲ ਦੇਖ ਕੇ ਹੱਸੇ ਵਾਹਿਗੁਰੂ 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 ਉਚਾਰਿਆ ਤਾਂ ਜਗਤ ਮਾਤਾ ਜੀ ਨੇ ਨਿਵਰਤਾ ਪ੍ਰੇਮ ਸਹਿਤ ਹੱਥ ਜੋੜ ਕੇ ਬ੍ਰੇਮ ਬੇਨਤੀ ਕੀਤੀ ਹੇ ਗੁਰੂ ਪਤੀ ਪਰਮੇਸ਼ਰ ਜੀ ਆਉ ਜੀ ਦੇ ਹੱਸਣ ਦਾ ਕੀ ਕਾਰਨ ਹੈ ਤਾਂ ਕਿਹਾ हे ਪਤੀ ਵਰਤੇ ਪਰਵਤਗਾਰ ਅਪਾਰ ਅਗੰ ਬਿਆੰਤ ਕਰਤਾ ਸਜਨ ਹਾਰ ਦੇ ਖੇਲ ਅਪਾਰ ਹਨ ਆਪਣੇ ਇਹ ਲਾਲ ਜੀ ਵੱਡੇ ਪ੍ਰਤਾਪ ਵਾਲੇ ਹਨ ਪਰੰਤੂ ਆਜੂ ਬਹੁਤ ਹੀ ਥੋੜੀ ਹੈ ਮਹਾਨ ਪਰ ਉਪਕਾਰ ਕਰਕੇ ਗੁਰਪੁਰੀ ਪ੍ਰਧਾਰਨਗੇ ਪਰ ਇਹਨਾਂ ਦਾ ਨਾਮ ਜਗਤ ਚ ਸਦਾ ਓਟਲ ਰਹੇਗਾ ਇਹ ਸੁਣ ਕੇ ਮਾਤਾ ਜੀ ਨੂੰ ਸੋਗ ਹੋ ਗਿਆ અત્યੰਤ ਗਰੀਬੀ ਨਾਲ ਅਰਜ਼ ਕੀਤੀ ਜੀ ਆਪ ਜੀ ਦੀ ਦਾਸਨ ਦਾਸੀ ਦੀ ਸਬਿਚਾ ਹੈ ਕਿ ਇਹ ਗੁਰਤਾ ਦੇ ਮਾਲਕ ਬਣਨ ਆਪ ਜੀ ਖੰਡਵਰਨ ਦੇ ਮਾਲਕ ਹੋ ਉਤਰਤੀ ਪਾਲਣਾ ਲਹਿਤਾ ਸਭ ਆਪ ਜੀ ਦੇ ਹੀ ਹੱਥ ਵਸ ਹੈ ਦਾਸ ਅੰਦਾਸੀ ਦੀ ਇਸ ਵਿੱਚਾ ਕਿਰਪਾ ਕਰਕੇ ਪੂਰੀ ਕਰੋ ਜੀ ਵਾਹਿਗੁਰੂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸ੍ਰੀ ਕਰਤਾਰ ਦੇ ਪਾਣੇ ਅਨਸਾਰ ਵਰਤਨ ਵਾਲਾ ਗੁਰਮੁਖ ਹੈ ਯਥਾ ਗੁਰਮੁਖੇ ਤੇਰਾ ਪਾਣਾ ਭਾਵੈ ਇਸ ਲਈ ਪਾਣਾ ਮੰਨੋ ਏ ਤਾਂ ਜਿਵੇਂ ਕਿਹਾ ਹੈ ਤਿਵੇਂ ਹੀ ਹੋਵੇਗਾ ਤੁਮ ਬੜ ਜ਼ਾਵਤੀ ਦੇ ਰਹੇ ਅਨਸਾਰ ਧੰਨ ਵਹਿਰੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਆਪਾਂ ਨੂੰ ਹੋਰ ਗੁਰਮੁਖ ਮਹਾਪੁਰਸ਼ ਬਖਸ਼ਣਗੇ ਜੋ ਗੁਰਤਾ ਦੇ ਮਾਲਕ ਬਣ ਕੇ ਖੰਡ ਬ੍ਰਹਮੰਡ ਬਿਆੰਤ ਉਧਾਰਣ ਹਾਰਿਆ ਤੇਰੀ ਸੋਭਾ ਤੂ ਦੋ ਸੱਚੇ ਮੇਰੇ ਪਿਆਰਿਆ ਅਨਸਾਰ ਖੰਡਰੰਡ ਨੂੰ ਤਾਰਨਗੇ ਐਸੀ ਉੱਚ ਕਰਨੀ ਪ੍ਰੇਮਾ ਭਗਤੀ ਕਰਕੇ ਸਨਮੁਖ ਰਹਿ ਕੇ ਸ਼ੀਧੀ ਦੇਣਗੇ ਜੋ ਹੋਰ ਕਿਸੇ ਨੇ ਵੀ ਨਹੀਂ ਦਿੱਤੀ ਦਿੱਤੇ ਵਰਨਸਾਰ ਆਵਜੀ ਨੇ ਧੰਨ ਗੁਰੂ ਨਾਨਕ ਸਾਹਿਬੰਤ 152 1677 ਬਿਕਰਮੀ ਵਿਸਾਖ ਵਦੀ ਪੰਚਮੀ ਮੰਗਲਵਾਰ 12 April 1621 ਨੂੰ ਪਰਮ ਪਿਤਰ ਸੋ ਸੱਚਾ ਅਵਤਾਰ ਸ੍ਰੀ ਅਮਰਸਰ ਸਾਹਿਬ ਜੀ ਗੁਰੂ ਕੇ ਮਹਿਲਾ ਵਿਖੇ ਧਾਰਿਆ ਜਥਾ ਨਾਸੇ ਵੰਜੋ ਕੇਲ ਵਿਖੋ ਕਰਤਾ ਕਾਰੇ ਆਇਆ ਦੂਤਹ ਦਹਾਂ ਨੂੰ ਭਇਆ ਗੋਵਿੰਦ ਪ੍ਰਗਟਾਇਆ ਵਾਹਿਗੁਰੂ ਪਰਮਪੂਜਨੀਕ ਪੰਜਵੇਂ ਸਹਿਬਜਾਦੇ ਜੀ ਦੇ ਸਭ ਸੱਚੇ ਪਰਮਪ੍ਰਤਮ ਦੇ અવਤਾਰ ਦੀ ਖਬਰ ਤੇ ਖੁਸ਼ੀ ਦੀ ਲਹਿਰ ਪ੍ਰੀਮਾ ਪੁੱਤਰੀ ਦੀ ਖੁਸ਼ਬੋ ਸਾਰੇ ਬਰਹੁੰਨਾਂ ਚ ਫੈਲ ਗਈ ਵਧਾਈਆਂ ਦੇਣ ਵਾਲਿਆਂ ਦੀ ਭਾਰੀ ਭੀੜ ਗੁਰੂ ਜੀ ਦੇ ਮੇਲੇ ਵਲਸੁਰ ਪਈ ਪੋਥੀ ਅੰਗ 118 ਪਰਮਪੂਨੀਕ ਦਾਦੀ ਜੀ ਨੇ ਆਪਣੇ ਪਿਆਰੇ ਅਵਤਾਰੀ ਪੁੱਤਰੀ ਜੀ ਦੇ અવਤਾਰ ਦੀ ਖੁਸ਼ੀ ਚ ਅਮੀਰ ਗਰੀਬ ਸਭ ਨੂੰ ਖੁੱਲੀ ਮਠਿਆਈ ਵੰਡੀ ਜਾਤਕਾਰ ਨੂੰ ਉਹਨਾਂ ਦੀ ਮੰਗ ਅਨੁਸਾਰ ਦਾਣ ਦਿੱਤਾ ਤਨ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਆਜ ਪੂਰਨ ਪਰਪਕਾਰੀ ਮਹਾ ਪਰਸ਼ਾਨੇ ਮਾਤਾ ਗੰਗਾ ਜੀ ਨੂੰ ਵਜ਼ਾਈਆਂ ਤੇ ਸਭ ਜਨ ਦੇ ਨੂੰ ਸ਼ੀਸ਼ਣ ਦਿੱਤੀਆਂ ਆਪ ਵੈਰੂ ਤਨ ਸਤਿਗੁਰੂ ਸੇਪਾ ਸਾਹਿਬ ਜੀ ਆਪਣੇ ਪਿਆਰੇ ਬਾਲਕ ਜੀ ਦੀ ਖਬਰ ਸੁਣ ਕੇ ਆਪਣੇ ਮਹਿਲੀ ਪਹੁੰਚੇ ਆਪਣੇ ਪਿਆਰੇ ਸਾਬਜਾਦੇ ਜੀ ਨੂੰ ਪੂਰਨ ਆਦਬ ਪ੍ਰੇਮ ਸਹਿਤ ਨਮਸਕਾਰ ਕੀਤੀ ਬਾਬਾ ਬਿਧੀ ਚੰਦ ਜੀ ਦੇ ਨਮਸਕਾਰ ਦਾ ਕਾਰਨ ਪੁੱਛਣ ਤੋਂ ਸੱਚੇ ਸਤਿਗੁਰੂ ਸਾਹਿਬ ਜੀ ਕਿਹਾ ਕਿ ਪੂਰਨ ਗੁਰੂ ਪ੍ਰਗਟੇ ਹਨ ਜੋ ਪਰਮ ਪਵਿੱਤਰ ਨੌਵੇਂ ਜਮੇ ਅੰਦਰ ਗਊ ਗਰੀਬ ਹਿੰਦ ਦੀ ਪਤ ਦੀ ਰੱਖਿਆ ਲਈ ਆਪਣਾ ਸਿਰ ਬਲੀਦਾਨ ਦੇਣਗੇ अवतार ਸਮੇ ਮਹਾ ਬਸਮਾਤ ਪ੍ਰਕਾਸ਼ ਹੀ ਪ੍ਰਕਾਸ਼ ਹੋਇਆ ਖੁਸ਼ੀਆਂ ਭਰੇ 13ਵੇਂ ਦਿਨ ਪਰਮ ਪੂਜਨੀਕ ਦਾਦੀ ਜੀ ਸ੍ਰੀ ਮਾਤਾ ਗੰਗਾ ਜੀ ਨੇ ਆਪਣੇ ਪਿਆਰੇ ਅਵਤਾਰੀ ਪੁੱਤਰੇ ਨੂੰ ਆਪਣੀ ਗੋਚ ਲੈ ਕੇ ਸ੍ਰੀ ਦਰਬਾਰ ਸਾਹਿਬ ਜੀ ਆ ਕੇ ਮੱਥਾ ਟੇਕਿਆ ਪੰਜ ਪ੍ਰਕਰਮਾ ਕਰਕੇ ਦੀਵਾਨ ਸਜ ਗਏ ਤਾਂ ਰਾਗੀਆਂ ਨੇ ਸੋਰਠਿ ਮਹੱਲਾ ਪੰਜਵਾ ਪਰਮੇਸ਼ਰੇ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰ ਰਹੇ ਨਾਰ ਨਾਰੀ ਹਾਰੇ ਹਾਰੇ ਪ੍ਰਾਬੇ ਕਿਰਪਾ ਧਾਰੀ ਸੰਤ ਸੋਖ ਹੋਆ ਸਭ ਥਾਈ ਪਾਰ ਬ੍ਰਹਮ ਮੂ ਪੂਰਨ ਪਰਮੇਸ਼ਰ ਰਾਵੇ ਰਹਿਆ ਸਭਨੀ ਜਾਈ ਰਹਾਉ ਤੁਰਕੀ ਬਾਣੀ ਆਈ ਤੇਨੇ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨ ਹਾਰੇ ਨਾਨਕ ਸਾਚੂ ਵਖਾਨਾ ਅੰਮ੍ਰਿਤ ਗੁਰਸਬਦ ਕੀਰਤਨ ਕੀਤਾ ਉਪਰੰਤ ਬਾਬੇ ਬੁੱਢੇ ਸਾਹਿਬ ਜੀ ਨੇ ਅਰਦਾਸ ਕਰਕੇ ਪਰਮਪੁਤ੍ਰ ਸ੍ਰੀ ਮੁਖਵਾਕ ਲਿਆ ਸਲੋਕ ਤਾਨੂ ਮਾਣੂ ਤਾਨੂ ਅਰਪੋ ਤਿਸੈ ਪ੍ਰਭੂ ਮਿਲਾਵੇ ਮੋਹਿ ਨਾਨਕ ਭ੍ਰਮ ਪਉ ਕਾਟੀਐ ਜੁ ਕਹਿ ਜਮ ਕੀ ਜੋਹ ਇਹ ਸੁਣ ਕੇ ਸ੍ਰੀ ਗੁਰੂ ਸਾਹਿਬ ਜੀ ਨੇ ਅਤਿਅੰਤ ਹੀ ਪਰਮ ਪ੍ਰਸੰਨ ਹੋ ਕੇ ਕਿਹਾ ਇਹ ਬਹੁਤ ਹੀ ਮਹਾਬਲੀ ਮਹਾਸੂਰਵੀਰ ਮਹਾਪੁਰਸ਼ੋ ਧਰਮ ਰੱਖਿਆ ਖੋਣਗੇ ਇਹਨਾਂ ਦਾ ਨਾਮ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਵੇਗਾ ਧਰਮ ਜੁਦ ਅੰਦਰ ਤੇਗ ਦੀ ਬਹਾਦਰੀ ਕਰਨਗੇ ਸ਼ੀਸ਼ ਦੀ ਕੀ ਜ਼ਾਲਮ ਦੀ ਤੇ ਖੁੰਢੀ ਕਰ ਦੇਣਗੇ ਲਬ ਲੋਭਕਾਰ ਹੰਕਾਰ ਦੇ ਤਿਆਗ ਦਾ ਤਿਆ ਕਰਕੇ ਗੁਰਤਾ ਨੂੰ ਪ੍ਰਾਪਤ ਹੋਣਗੇ ਇਹ ਸੁਣ ਕੇ ਸਰਵ ਸੰਗਤ ਪਰਮ ਪ੍ਰਸੰਨ ਹੋਈ ਪਰਮ ਪੂਨੀਕ ਬਿਰਧ ਮਾਤਾ ਗੰਗਾ ਜੀ ਨੇ ਸੁੰਦਰ ਚੋਲਾ ਪਹਿਨਾਇਆ ਭਾਬੀ ਬੁੱਢੇ ਸਾਹਿਬ ਜੀ ਨੇ ਅਵਤਾਰੀ ਸਹਿਬ ਜਾਦੇ ਜੀ ਦਾ ਅਵਤਾਰ ਸੰਸਕਾਰ ਕੀਤਾ ਵਾਹਿਗੁਰੂ ਪਰਮ ਪੂਜਨੀਕ ਪਿਤਾ ਜੀ ਸੱਚੇ ਸਤਿਗੁਰੂ 6ਵੇਂ ਪਾਤਸ਼ਾਹ ਜੀ ਪਰਮ ਪੂਜਨੀਕ ਮਾਤਾ ਨਾਨਕੀ ਜੀ ਪਰਮ ਪੂਜਨੀਕ ਦਾਦੀ ਅਤੇ ਸੱਚੇ ਸਤਿਗੁਰੂ 5ਵੇਂ ਪਾਤਸ਼ਾਹ ਜੀ ਪਰਮ ਪੂਜਨੀਕ ਦਾਦੀ ਜਗਤ ਮਾਤਾ ਗੰਗਾ ਜੀ ਪਰਮ ਪੂਜਨੀਕ ਪਰਦਾਦੀ ਸੱਚੇ ਸਤਿਗੁਰੂ 4ਥੇ ਪਾਤਸ਼ਾਹ ਜੀ ਪਰਦਾਦੀ ਪ੍ਰਿਮ ਭਗਤੀ ਦੇ ਅਵਤਾਰ ਜਗਤ ਮਾਤਾ ਭਾਨੀ ਜੀ ਪਰਮ ਪੂਜਨੀਕ ਪਿਆਰੇ ਦਾਦਕੇ ਜੂਨਾ ਮੰਡੀ ਲਾਹੌਰ ਅਤੇ ਸ੍ਰੀ ਅਮਰਸਾਹ ਸਾਹਿਬ ਜੀ ਪਰਮ ਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਨਾਨਕੇ ਬਾਬਾ ਬਕਾਲਾ ਸਾਹਿਬ ਜੀ ਅੰਗ 119 ਪਰਮ ਪੂਜਨੀਕ ਨਾਨਾ ਹਰੀਚੰਦ ਜੀ ਨਾਨੀ ਹਰਦੇਈ ਜੀ ਅਤੇ ਮਾਤਾ ਜੀ ਤੇ ਪ੍ਰੇਮੀ ਆਵ ਜੀ ਨੂੰ અત્યੰਤ ਹੀ ਪ੍ਰੇਮ ਨਾਲ ਚੁੱਕ ਕੇ ਜਾਪ ਕਰਾਉਂਦੇ ਜਿਹੜਾ ਗੁਰਸਿੱਖ ਸੇਵਕ ਦੇਖਦਾ ਉਹੋ ਹੀ ਜਾਪ ਕਰਾਉਂਦਾ ਇਉਂ ਜਾਪ ਨਿੱਕੀ ਅਵਸਥਾ 'ਚ ਹੀ ਦ੍ਰਿੜ ਪ੍ਰਪੱਕ ਕਰਵਾਇਆ ਹਰੇਕ ਬੱਚੇ ਨੂੰ ਨਿੱਕੀ ਉਮਰ 'ਚ ਜਾਪ ਪ੍ਰਪੱਕ ਕਰਾਉਣਾ ਤੇ ਗੁਰਬਾਣੀ 'ਚ ਜੋੜਨਾ ਚਾਹੀਦਾ ਹੈ ਵਾਹਿਗੁਰੂ ਗੁਰੂ ਘਰ ਦੀ ਉੱਤਮ ਉੱਚੀ ਖੁਸ਼ ਸੁਚੀ ਮਰਜ਼ਾ ਅਨਸਾਰ ਪਰਮ ਪੂਜਨੀਕ ਪ੍ਰਤਾਜੀਨੀ ਆਪਣੇ ਪਿਆਰੇ ਸਹਬਜ਼ਾਦੇ ਜੀ ਨੂੰ ਆਪਣੇ ਸੱਚੇ ਚਰਨ ਕਮਲ ਤੋਂ ੋ ਕੇ ਪਿਆਏ ਸ੍ਰੀ ਮੂਲ ਮੰਤਰ ਵਾਹਿਗੁਰੂ ਮੰਤਰ ਦ੍ਰਿੜ ਕਰਾ ਕੇ ਗੁਰਮਤਿ ਦੀ ਸੰਪੂਰਨ ਸਿੱਖਿਆ ਦ੍ਰਿੜਤਾ ਪ੍ਰੇਮ ਬਖਸ਼ ਕੇ ਨਿਹਾਲ ਕਰ ਦਿੱਤੇ ਸੱਚੇ ਸਤਿਗੁਰੂ ਸਾਹਿਬ ਜੀ ਦੀ ਨਰਲੀ ਬਖਸ਼ਿਸ਼ ਪ੍ਰਾਪਤ ਕਰਕੇ ਮੈਂ دیਵਾਨਾ ਭਇਆ ਅਤੀਤੋ ਅਨਸਾਰ ਮਹਾ ਵਿਸਮਾ ਸਿਮਰਨ ਪੂਰਨ ਵੈਰਾਗ त्याਗ ਵਿੱਚ ਰਹਿਣ ਲੱਗੇ ਪਰਮ ਪੂਜਨੀਕ ਪਿਤਾ ਜੀ ਤੇ ਸਹਿਬਜ਼ਾਦੇ ਜੀ ਦੇ ਪੂਰਨ ਪਿਆਰੇ ਰਿਸ਼ਤੇ ਨਾਲ ਗੁਰੂ ਸਖਦਰਿਸਤਾ ਵੀ ਗਾੜਾ ਪਿਆਰਾ ਹੋ ਗਿਆ ਜਿਵੇਂ ਸੰਸਾਰੀ ਸੰਬੰਧ ਕਰਕੇ ਸਤਿਗੁਰੂ ਨਵੇਂ ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਦੇ ਸਹਬਜਾਦੇ ਹਨ ਪਰ ਗੁਰੂ ਮਰਜਾਦਾ ਹੋ ਗਈ ਇਸ ਕਰਕੇ ਪਿਤਾ ਜੀ ਪੁਰਣ ਗੁਰੂ ਪਿਤਾ ਜੀ ਵੀ ਹਨ ਮਹਾਰਾ ਸਾਉ ਜੀ ਸਖ ਹਨ ਜਿਸ ਕੀ ਆਸਾ ਤੇ ਸਹੀ ਸੋਪੇ ਕੈ ਇਹੋ ਰਹਿਿਆ ਨਿਰਵਾਣੋ ਅਨੁਸਾਰ ਤਨ ਮਨ ਤਨ ਸੱਚੇ ਸਤਿਗੁਰੂ ਸਾਹਿਬ ਜੀ ਨੂੰ ਸਭ ਕੁਝ ਅਰਪ ਕੇ ਜੀਵਨ ਮੁਕਤ ਨਿਰਮਾਨ ਨਿਰਲੇਪ ਬਸਮਾਦ ਵਸਤਾ ਜਲੀਨ ਹੋ ਗਏ ਆਪਣੇ ਮਨ ਤੇ ਇੰਦਰੀਆਂ ਨੂੰ ਸੱਚੇ ਸਤਿਗੁਰੂ ਸਾਹਿਬ ਜੀ ਦੇ ਪ੍ਰਣ ਕਰਕੇ ਇੰਦਰੀਆਂ ਨੂੰ ਸੱਚੇ ਸਤਿਗੁਰੂ ਸਾਹਿਬ ਜੀ ਦੇ ਸਿਮਰਨ ਚ ਲਾਈ ਰੱਖਦੇ ਮਾਤਾ ਜੀ ਦੇ ਕਹੇ ਅਨੁਸਾਰ ਛੋੜੀ ਉਮਰ ਤੇ ਪਰਮ ਪੂ ਜੀ ਦੀਕ ਪਿਤਾ ਜੀ ਦੇ ਸੱਚੇ ਚਰਨਾਂ ਤੇ ਮੱਥਾ ਰੱਖ ਦਿੰਦੇ ਬਾਲਕ ਵਾਸਤਾ ਚ ਹੀ ਗੁਰੂ ਚਰਣਾ ਨਾਲ ਮਨ ਜੋੜ ਕੇ ਸੱਚੇ ਸਤਗੁਰੂ ਸਾਹਿਬ ਜੀ ਦੇ ਸਰੂਪ ਨੂੰ ਹਿਰਦੇ ਚ ਵਸਾ ਲਿਆ ਸ੍ਰੀ ਅਕਾਲ ਪੁਰਖ ਸਾਹਿਬ ਜੀ ਵਿਖੇ ਪੜਮ ਪੂਨੀਕ ਪਿਤਾ ਜੀ ਨੂੰ ਨਮਸਕਾਰ ਕਰਕੇ ਚਿਤ ਤਕਾ ਕੇ ਸੰਦਰਸਭ ਸੱਚੇ ਦਰਸ਼ਨ ਕਰਕੇ ਗੁਰ ਕੀ ਮੂਰਤੀ ਮਨ ਮਹਿ ਭਿਆਨੂ ਅਨੁਸਾਰ ਸਤਗੁਰੂ ਸਾਹਿਬ ਜੀ ਦੇ ਸਰੂਪ ਨੂੰ ਆਪਣੇ ਧਿਆਨ ਚ ਟਿਕਾ ਕੇ ਸਮਾਧੀ ਚ ਬੈਠ ਜਾਂਦੇ ਜਥਾ ਮਨ ਮਹਿ ਸਾਪੇ ਗੁਰ ਧਿਆਨ ਤਰਾ ਸਤਗੁਰੂ ਸਾਹਿਬ ਜੀ ਦਾ ਸਿਮਰਨ ਕਰਦੇ ਆਂ ਸਿਰ ਦਾ ਖਿਆਲ ਭੁੱਲ ਜਾਂਦਾ ਜਥਾ ਮਗਾ ਨੂੰ ਭਇਓ ਪ੍ਰੇਮ ਸਿਉ ਸੂਦ ਨਾ ਸਿਮਰਤ ਅੰਗ ਵਾਹਿਗੁਰੂ ਜਦੋਂ ਆਉਂਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਆਉਂਦੇ ਸੰਪਰਮ ਬੁਢੀ ਦੇਕ ਪਿਤਾ ਜੀ ਆਉ ਜੀ ਨੂੰ ਗੋਦੀ ਚ ਲੈ ਕੇ ਬਹੁਤ ਬਹੁਤ ਹੀ ਪਿਆਰ ਕਰਦੇ ਜੇ ਗੋਦੀ ਚ ਨਾ ਲੈਂਦੇ ਤਾਂ ਆਪਣਾ ਢੋਡਾ ਚੁੱਕ ਕੇ ਬਰਾਬਰ ਬਿਠਾ ਲੈਂਦੇ ਜਦੋਂ ਆਉ ਜੀ ਨਮਸਕਾਰ ਕਰਕੇ ਵਾਪਸ ਆਉਂਦੇ ਮਹਾਰਾਜ ਗੁਰੂ ਪਿਤਾ ਜੀ ਆਉ ਜੀ ਦੀ ਕੰਡਵਲ ਪਰਮ ਪਿਆਰ ਕਿਰਪਾ ਦਰਸੀ ਨਾਲ ਤੱਕਦੇ ਰਹਿੰਦੇ ਅਤਿਕ ਪ੍ਰੇਮ ਪਿਆਰ ਸਤਿਕਾਰ ਕਰਦੇ ਦੇਖ ਕੇ ਮਾਤਾ ਨਾਨਕੀ ਜੀ ਪੋਛਦੇ ਇਹ ਸਦਾ ਮਸਤ ਰਹਿੰਦੇ ਹਨ ਕਿਸੇ ਨਾਲ ਬੋਲਦੇ ਵੀ ਨਹੀਂ ਆਪ ਜੀ ਇਹਨਾਂ ਦਾ ਇੰਨਾ ਗਾੜਾ ਜਿਆਦਾ ਦਿਲੋਂ ਪਿਆਰ ਸਤਿਕਾਰ ਕਿਉਂ ਕਰਦੇ ਹੋ ਜੀ ਪੋਛਿਆ ਅੰਗ 120 ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ ਗੁਰ ਕਹੈ ਇਨ ਕੈ ਸੀਸ ਦੈ ਹੰਦ ਬਚੈ ਅਵਲੰਭੋ ਦਰਸ਼ਨ ਗੁਰੂ અવਤਾਰ ਹੋਏ ਤਾਰਨਹਾਰ ਕਜੰਬ ਕਜੰਬ ਸਮੂ ਸਾਰਿਆਂ ਨੂੰ ਤਾਰਨ ਵਾਲੇ ਹਨ ਇਹ ਸੁਣ ਕੇ ਮਾਤਾ ਜੀ ਨੂੰ ਬਹੁਤ ਬਹੁਤ ਹੀ ਖੁਸ਼ੀ ਹੋਈ ਆਪ ਜੀ ਕਦੇ ਮਹਾਰਾਜ ਸਾਹਿਬ ਜੀ ਨੂੰ ਤੱਕਦੇ ਆਂ ਕੰਧ ਤੇ ਉੱਕਰੀ ਤਸਵੀਰਾਂ ਜੇ ਖੜੇ ਤਾਂ ਖੜੇ ਹੀ ਰਹਿੰਦੇ ਜੇ ਬੈਠੇ ਹਨ ਤਾਂ ਬੈਠੇ ਹੀ ਦਰਸ਼ਨ ਕਰਦੇ ਰਹਿੰਦੇ ਜਿਹਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਾ ਨੂੰ ਮਾਣੂ ਹੋਏ ਨਿਹਾਲੂ ਜਾਂ ਗੁਰੂ ਦੇਖਾਂ ਸਾਹਮਣੇ ਮੁਖੋਂ ਬਹੁਤ ਹੀ ਘਟ ਤੋਂ ਘਟ ਬੋਲਦੇ ਜਦੋਂ ਬੋਲਦੇ ਗੁਰੂ ਪਿਤਾ ਜੀ ਜੀ ਮਹਾਵਸਮਾ ਨਹਿਮਾ ਰਸ ਰਸ ਕੇ ਬੋਲਦੇ ਰੋਮਾਵਲੀ ਖੜੀ ਹੋ ਜਾਂਦੀ ਗਲਾ ਬ੍ਰਹਮੰਦ ਰਸ ਨਾਲ ਅੰਮ੍ਰਿਤ ਨਾਲ ਭਰ ਜਾਂਦਾ ਗੁਰੂ ਜਸੋ ਸੁਣ ਵਾਲਿਆਂ ਨੂੰ ਅੰਮ੍ਰਿਤ ਜਨੁਹਾ ਦੇਂਦੇ ਵਾਹਿਗੁਰੂ ਬ੍ਰਹਮ ਵਿਦਿਆ ਸੱਚੇ ਸਤਗੁਰੂ ਸੇਮਪਾਤ ਸਾਹਿਬ ਜੀ ਨੇ ਆਪ ਜੀ ਨੂੰ ਸਭ ਤੋਂ ਪਹਿਲਾਂ ਬਾਬਾ ਬੁੱਢੇ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਦੇ ਪਰਪਕਾਰੀ ਸੱਚੇ ਚਰਨੀ ਲਾਇਆ ਇਨ੍ਹਾਂ ਗੁਰੂ ਮਹਾਪੁਰਸ਼ਾਂ ਨੇ ਹੀ ਆਪ ਜੀ ਨੂੰ ਬ੍ਰਹਮ ਵਿਦਿਆ ਪੜ੍ਹਾਈ ਸ਼ਾਸਤਰ ਵਿਦਿਆ ਸੱਚੇ ਸਤਗੁਰੂ ਸੇਮਪਾਤ ਸਾਹਿਬ ਜੀ ਦੀ ਫੌਜ ਦੇ ਮੁਖੀ ਜੋਦੇ ਬਾਬਾ ਵਿਦੀ ਚੰਦ ਜੀ ਭਾਈ ਜੇਤਾ ਜੀ ਭਾਈ ਪ੍ਰਗਾ ਜੀ ਭਾਈ ਨੰਦਾ ਜੀ ਸੀਧ ਭਾਈ ਮਨੀ ਸਿੰਘ ਜੀ ਭਾਈ ਬੱਲੂ ਪਵਾੜ ਜੀ ਮਹਾਪੁਰਸ਼ ਤੋਂ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਸੰਗੀਤ ਵਿਦਿਆ ਅਬਦੁੱਲਾ ਜੀ ਬਾਬੁਕ ਜੀ ਭਾਈ ਨੱਥਾ ਜੀ ਤੋਂ ਪ੍ਰਾਪਤ ਕੀਤੀ ਜਦ ਸੱਚੇ ਸਤਿਗੁਰੂ ਜੀ ਨੇ ਪਾਤਸ਼ਾਹ ਜੀ ਅੰਮ੍ਰਿਤ ਕੀਰਤਨ ਕਰਦੇ ਸਹ ਮਾਰਾਣੂ ਨਾ ਜੀਵਾਣੂ ਸੋਗੂ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਹੋਣ ਤੋਂ ਵਾਣੁ ਚਰੇਣੁ ਤਿਰਪਵਾਨੁ ਕੀ ਤੋਂ ਨੂੰ ਹਰਿਆ ਅਨਸਾਰ ਵਣ ਤ੍ਰੇਣ ਹਰੇ ਭਰੇ ਹੋ ਜਾਂਦੇ ਉੜਦੇ ਪੰਛੀ ਰੁਕ ਜਾਂਦੇ ਵਹਿਰੂ ਸੱਚੇ ਸਤਿਗੁਰੂ ਸਾਹਿਬ ਜੀ ਦੇ ਧਰਮ ਜੰਗੀ ਕਉਤਕ ਕੇਵਲ 14 ਸਾਲ ਦੀ ਅਵਸਥਾ ਚ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਧਰਮ ਜੰਗ 'ਚ ਆਪਣੇ ਜਥੇ ਸਮੇਤ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਸਾਹਾ ਸੁਦਮ ਪਰਕਰਮ ਨਾਲ ਜੰਗ ਲੜ ਰਹੇ ਸਨ ਯਥਾ ਰਾਣੂ ਦੇਖੇ ਸੂਰੇ ਚਿਤ ਉਲਾਸ ਜਦੋਂ ਭਿਆਨਕ ਜੰਗ ਹੋ ਰਿਹਾ ਸੀ ਤਾਂ ਪਰਮ ਪੂਨੀਕ ਮਾਤਾ ਨਾਨਕੀ ਜੀ ਨੇ ਸਿਹਾ ਭੇਜਿਆ ਹੁਣ ਜਾਨ ਨੂੰ ਖਤਰਾ ਹੈ ਵਾਪਸ ਆ ਜਾਓ ਪਰ ਆਵਜੀ ਨੇ ਉੱਤਰ ਦਿੱਤਾ ਜਿਤਨਾ ਚ ਸਰੀਰ ਚ ਪ੍ਰਾਣ ਹਨ ਪੂਰਾ ਤਾਨ ਲਾ ਕੇ ਲੜਾਂ ਮਰਾਂਗੇ ਮੌਦਾ ਡਰ ਰਹੀ ਮੱਤਰ ਵੀ ਨਹੀਂ ਮੰਨਿਆ ਤਨ ਸਤਗੁਰੂ ਪਿਤਾ ਜੀ ਦੀ ਪਰਮ ਪ੍ਰਸੰਤਾ ਪ੍ਰਾਪਤ ਕਰਨੀ ਹੈ ਇਹ ਕਹਿ ਕੇ ਆਵਜੀ ਨੇ ਸਿੱਖ ਨੂੰ ਵਾਪਸ ਮੋੜ ਦਿੱਤਾ ਜਿੱਤ ਦੇ ਡੰਕੇ ਵੱਜਣ ਤੱਕ ਉਹ ਮੱਜ ਦੇ ਜੰਗ ਜੂਝਦੇ ਰਹੇ ਵਹਿਰੂ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਨੂੰ ਗੁਰਤੱਵ ਦੇਣ ਤੋਂ ਮਾਤਾ ਨਾਨਕੀ ਜੀ ਨੇ ਕਿਹਾ ਆਪਣੇ ਪਿਆਰੇ ਲਾਲ ਤੇ ਵੀ ਬਖਸ਼ਿਸ਼ ਕਰੋ ਪਰਮ ਪੂਨੀ ਸੱਚੇ ਸਤਿਗੁਰੂ ਸਿਮੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਸਕਣ ਪਿੱਛੋਂ ਹੱਥ ਤੋਕੇ ਰਮਾਲ ਨਾਲ ਪੂੰਝ ਕੇ ਸਾਡੇ ਮਾਤਾ ਜੀ ਦੀ ਚੋਲੀ ਪਾ ਦਿੱਤਾ ਕਿ ਹਾਂ ਨਾਨਕ ਚਿੰਤਾ ਮਾਤੇ ਕਰਹੁ ਚਿੰਤਾ ਤਿਸ ਹੀ ਹੈ ਇਨਾਂ ਨੂੰ ਪੀ ਗੁਰਤਾ ਦੀ ਦਾਤ ਪ੍ਰਾਪਤ ਹੋਵੇਗੀ ਇਹ ਸਭ ਸੱਚੇ ਅਮੋਲਕ ਮਹਾ ਵਿਸਮਾਦ ਸ਼ੁਭ ਵਰ ਪ੍ਰਾਪਤ ਕਰਕੇ ਮਾਤਾ ਜੀ ਪੂਰਨ ਪ੍ਰੇਮ ਰਸ ਨਾਲ ਭਰ ਗਏ ਪੁਥੀ ਅੰਗ 121 ਪुण पूਜਨੀਕ ਸੱਚੇ ਸਤਗੁਰੂ ਸੇਵ ਪਾਟਸਾ ਜੀ ਨੇ ਆਪਣੇ ਉਤਤੰਤ ਪਿਆਰੇ ਪੁੱਤਰੇ ਸੱਚੇ ਸਤਗੁਰੂ ਸਤਵੇਂ ਪਾਟਸਾ ਜੀ ਨੂੰ ਗੁਰਤਾ ਵਾਸਕੇ ਇਹ ਸਭ ਪਿਆਰੇ ਬਚਨ ਕਹੀ ਪਰਮ ਪੂਜਨੀਕ ਪੂਰਨ ਬ੍ਰਹਮ ਸਰੂਪ ਆਪਣੇ અત્યੰਤ ਪਿਆਰੇ ਚਾਚੇ ਸਧੁਰੂ ਤੇਗਵਾਲ ਸਾਹਿਬ ਜੀ ਦਾ ਦਾਸਨ ਦਾਸ ਦੇ ਤੁਲ ਸਤਿਕਾਰ ਕਰਨਾ ਵਾਹਿਗੁਰੂ ਪਰਮ ਪੂਨੀ ਸੱਚੇ ਸਤਿਗੁਰੂ ਜੀ ਦਾ ਗੁਰਮਤ ਅਨਸਾਰ ਸਭ ਆਨੰਦ ਕਾਰਜ ਸੱਚੇ ਸਤਿਗੁਰੂ ਸੇਹ ਪਾਤਸ਼ਾਹ ਜੀ ਜਦੋਂ ਆਪਣੇ ਪਿਆਰੇ ਸਾਹਿਬ ਜاده ਸ੍ਰੀ ਜਮਲ ਜੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਵਿਹਣ ਗਏ ਉਸ ਸਮੇਂ ਸ੍ਰੀ ਬਾਬਾ ਗੁਰਦਤਤਾ ਸਾਹਿਬ ਜੀ ਸੱਚੇ ਸਤਗੁਰੂ ਨਵੇਂ ਪਾਤਸ਼ਾਹ ਜੀ ਬਾਬਾ ਅਣੀ ਰਾਏ ਜੀ ਸਹਿਜ ਜੱਦੇ ਪੀ ਨਾਲ ਸਨ ਸਤਗੁਰੂ ਦਸਵੇਂ ਪਾਤਸ਼ਾਹ ਜੀ ਦੇ ਵੱਡ ਭਾਗੇ ਨਾਨੀ ਵਿਸ਼ਨਕੌਰ ਜੀ ਨੂੰ ਤਾਂ ਸਤਗੁਰੂ ਨਵੇਂ ਪਾਤਸ਼ਾਹ ਜੀ ਖਰੇ ਪਿਆਰੇ ਲੱਗੇ ਪਰਮ ਪਿਤਰ ਮਹਾ ਵਿਸ਼ਵਾਸ ਸੁੰਦਰ ਸੱਚੇ ਦਰਸ਼ਨ ਕਰਕੇ ਮੋਹਤ ਹੋ ਗਏ ਜਿਹਾ ਜੋ ਹਾਰਿਕਾ ਪਿਆਰਾ ਸੋ ਸਵਨਾ ਕਾ ਪਿਆਰਾ ਨਾਨਾ ਕੋ ਕਹਿ ਸਹੇਲੀ ਹੋ ਸਹੋ ਖਰਾ ਪਿਆਰਾ ਆਪਣੇ ਪਤੀ ਲਾਲ ਚੰਦ ਜੀ ਨੂੰ ਪ੍ਰੇਮ ਬੇਨਤੀ ਕੀਤੀ ਕਿ ਸਤਿਗੁਰੂ ਨਵੇਂ ਪਾਤਸ਼ਾਹ ਜੀ ਜੇ ਆਪਣੇ ਜਵਾਈ ਬਣ ਜਾਣ ਤਾਂ ਆਪਾਂ ਮਹਾਨ ਕਲਿਆਣ ਨੂੰ ਪ੍ਰਾਪਤ ਹੋਵਾਂਗੇ ਇਹ ਸੁਣ ਕੇ ਬਾਬਾ ਲਾਲ ਚੰਦ ਜੀ ਨੇ ਤਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਨੀਚੋ 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 ਆਤਿ ਨਾਨਾ ਹੋਏ ਗਰੀਬ ਬੁਲਾਵ ਮੇਸੇ ਬਚਨ ਬੇਨਤੀ ਕਰੋ ਦੀਨ ਕੀ ਨਿਆਇ ਅਨਸਾਰ ਖੂਬ ਨਿਮਰਤਾ ਪ੍ਰੇਮ ਬੇਨਤੀ ਕੀਤੀ ਤਾਂ ਸੱਚੇ ਸਤਿਗੁਰੂ ਸਾਹਿਬ ਜੀ ਕਿਹਾ ਪਹਿਲਾ ਅਣੀ ਰਾਏ ਜੀ ਦੀ ਵਾਰੀ ਹੈ ਮੰਨੇ ਕੀ ਗਾਤੇ ਕਹੀ ਨਾ ਜਾਏ ਅਨਸਾਰ ਮਹਲੇ ਦਸਵੇਂ ਜੀ ਦੇ ਪੜਪੂਰੀ ਦੀ ਗਨਾਨੇ ਜੀ ਨੇ ਹਾਥ ਜੋੜ ਕੇ ਸੱਚ ਕਾ ਕੇ ਕਿਹਾ ਸਤਿਵਚਨ ਜੀ ਸਤਗੁਰੂ ਸਾਹਿਬ ਜੀ ਨੇ ਇੱਕ ਪ੍ਰੇਮੀ ਸਿੱਖ ਨੂੰ ਪੇਜ ਕੇ ਅਣੀ ਰਾਏ ਜੀ ਨੂੰ ਪੁੱਛਿਆ ਤਾਂ ਕਿਹਾ ਮੈਂ ਨਹੀਂ ਸ਼ਾਦੀ ਕਰਾਉਣੀ ਸ਼ਾਦੀ ਕੀ ਹੁੰਦੀ ਹੈ ਸਿੱਖ ਨੇ ਸਮਝਾਇਆ ਪਰ ਇਹਨਾਂ ਨੇ ਆਪਣੀ ਮਰਜ਼ੀ ਅਨਸਾਰ ਨਾ ਹੀ ਕਹਿ ਦਿੱਤੀ ਅਪਰੰਤ ਵੈਰੂ ਮਹਲੇ ਨੌਵੇਂ ਜੀ ਨੂੰ ਪੁੱਛਿਆ અત્યੰਤ ਪ੍ਰੇਮ ਸਹਿਤ ਉੱਤਰ ਦਿੱਤਾ ਦਾਸ ਅੰਦਾਸ ਪਰਮ ਪੂਜਨੀਕ ਸੱਚੇ ਪਾਤਸ਼ਾਹ ਜੀ ਦੀ ਆਗਿਆ ਅਨਸਾਰ ਹੈ ਤਨ ਸਤਿਗੁਰੂ ਸਹਿਬ ਜੀ ਦੀ ਮੋਜ ਹੈ ਜਿਵੇਂ ਚਹੁਣ ਤਿਵੇਂ ਕਰਨ ਇਹ ਕਹਿੰਦੇ ਹਸ ਜੋੜ ਸਿਰ ਚੁਕਾ ਕੇ ਨਿਮਖੋ ਨਿਮਖੋ ਠਾਕੁਰੋ ਨਮਸਕਾਰ ਅਨਸਾਰ ਪੈਨ ਸਹਿਤ ਮੱਥਾ ਟੇਕ ਦਿੱਤਾ ਪਰ ਪੂਨੀ ਸੱਚੇ ਸਤਿਗੁਰੂ ਪਿਤਾ ਜੀ ਸੁਣ ਕੇ ਬਹੁਤ ਹੀ ਪ੍ਰਸੰਨ ਹੋਏ ਲੱਖ ਖੁਸ਼ੀਆਂ ਪਾ ਤੈ ਸਾਹਿਆਂ ਜੇ ਸਾਤੇ ਗੁਰੂ ਨਦਰਿ ਕਰੀ ਈ ਅਨਸਾਰ ਉੱਤੇ ਹੀ ਸਤਗੁਰੂ ਨਵੇਂ ਪਾਤਸ਼ਾਹ ਜੀ ਦੀ ਸੁਭ ਮੰਗਣੀ ਕਰ ਦਿੱਤੀ ਫੁੱਤੀ ਆਂਗਿਕ ਸਬਾਈ ਵਾਹਿਗੁਰੂ ਮਹੱਲੇ ਨੌਵੇਂ ਜੀ ਦੀ ਜਨ ਚਾਂਦ ਤੋਂ ਪਹਿਲਾਂ ਆਪ ਜੀ ਦੀ ਪਿਆਰੀ ਭੈਣ ਜੀ ਬੀਬੀ ਵੀਰੋ ਜੀ ਨੇ ਆਪਣੇ ਪਿਆਰੇ ਗਹਿਰ ਗੰਬੀਰ 16 ਸਜਾਨ ਸੁੰਦਰ ਪ੍ਰਤਾ ਜੀ ਦੀ ਪੰਜਾਬ ਦੀ ਸਉ ਰੀਤੀਆਂ ਸਾੜ ਇਉਂ ਤਿਆਰੀ ਕੀਤੀ ਗੁਰੂ ਤੇਗ ਬਹਾਦਰ ਸੋਹੀ ਨਾਰ ਨਾਰ ਰੂਪ ਪੇਖੇ ਮੋਹੀ ਸਾਮੋ ਪਿਤ ਕੀ ਦੀਰਗੋ ਢੀਲੰ ਮੁਖ ਮੰਡਲ ਚੰਦ ਸੁਸ਼ੀਲੰ ਕੋ ਜ ਲੰਬੀ ਆਯਤ ਛਾਤੀ ਵਿਸਤਾਰ ਤੇ ਆਖ ਸਚ ਰਾਤੀ ਯੋਗ ਕੰਧ ਉਤੰਗ ਸੋਹਾਈ ਗਾਤੇ ਮੰਦ ਮੰਦ ਛਾਵੇ ਪਾਏ ਵਹਿਰੂ ਸੋ ਸਾਦੀ ਚ ਸ੍ਰੀ ਖਰੂਰ ਸਾਹਿਬ ਜੀ ਤੋਂ ਤਰੇਹਣ ਅਤੇ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਪੱਲੇ ਸਾਹਿਬ ਜੀ ਆਦੇ ਆਏ ਜੋਧਾਰਾਏ ਜੋ ਤੇ ਉਸ ਦੀ ਨੇਕ ਸਾਉਂਦ ਸਰਦਾਲੂ ਪ੍ਰੇਮਣ ਰਾਣੀ ਤੇ ਸਤਿਗੁਰੂ ਨਵੇਂ ਪਾਤਸ਼ਾਹ ਜੀ ਦੇ ਨਾਨਾ ਹਰੀ ਚੰਦ ਜੀ ਨਾਨੇ ਹਰਦੇਵ ਜੀ ਅਤੇ ਭਾਈ ਸਾਧੂ ਤੇ ਰੂਪਾ ਜੀ ਆਏ ਉੱਗੇ-ਉੱਗੇ ਪ੍ਰੇਮੀ ਸਿਆਣੇ ਸਿੱਖ ਬਹੁਤ ਹੀ ਆਏ ਆਪ ਜੀ ਦੇ ਜੀਜਾ ਜੀ ਭਾਈ ਸਾਧੂ ਜੀ ਆਪਣੇ ਪਿਤਾ ਧਰਮੇ ਜੀ ਸਮੇਤ ਪਹੁੰਚੇ ਤਾਨ ਗੁਰੂ ਨਾਨਕ ਸਾਹਿਬ ਸੰਮਤ 160 ਅਤੇ 1580 1686 ਵਿਕਰਮੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਸਭ ਸਲਦੀ ਹੋਈ ਵਾਹਿਗੁਰੂ ਪਰਮਪੂਰ ਜੀ ਦੇ ਸੱਚੇ ਸਤਿਗੁਰੂ ਸਾਹਿਬ ਜੀ ਦੇ ਸਹੁਰੇ ਸ੍ਰੀ ਕਰਤਾਰਪੁਰ ਸਾਹਿਬ ਜੀ ਸਤਿਗੁਰੂ ਸਾਹਿਬ ਜੀ ਦੇ ਮਹਿਲ ਸਾਡੇ ਮਾਤਾ ਗੁਜਰੀ ਕੌਰ ਜੀ ਸੱਚੇ ਸਤਿਗੁਰੂ ਸਾਹਿਬ ਜੀ ਦੇ ਸਵਰਾ ਸਾਹਿਬ ਜੀ ਬਾਬਾ ਲਾਲ ਚੰਦ ਜੀ ਸੱਸ ਮਾਤਾ ਵਿਸ਼ਨਕੌਰ ਜੀ ਸਾਲੇ ਮਹਾਨ ਜੋਧੀ ਮਹਾਨ ਸਚਿਆਰ ਗੁਰੂ ਪ੍ਰੇਮੀ ਭਗਤ ਗੁਰਮਖ ਖਰਪਾਲ ਚੰਦ ਜੀ ਆਉ ਜੀ ਦਾ ਸੋਹਰਾ ਪਰਿਵਾਰ ਸੱਚੇ ਸਤਿਗੁਰੂ ਪੰnje ਪਾਤਸ਼ਾਹ ਜੀ ਤੋਂ ਗੁਰੂ ਘਰ ਦਾ ਅਨੰਨ ਸਿੱਖ ਸੇਵਕ ਪ੍ਰਸਿੱਧ ਸੀ ਜੋ ਲਖਨੌਰ ਤੋਂ ਆਕੇ ਸ੍ਰੀ ਕਰਤਾਰਪੁਰ ਸਾਹਿਬ ਜੀ ਜਨੰਦਰ ਵਸੇ ਸਨ ਸੋਭ ਸਾਦੀ ਮਗਰੋਂ ਸੱਚੇ ਸਤਿਗੁਰੂ ਸ਼ੇਮ ਪਾਤਸ਼ਾਹ ਜੀ ਦੇ ਵੱਡ ਭਾਗੇ ਕੁੜਮ ਬਾਬਾ ਲਾਲ ਚੰਦ ਜੀ ਤੇ ਕੁੜਮਣੀ ਸਾਡੇ ਮਾਤਾ ਵਿਸ਼ਨ ਕੋੜ ਜੀ ਨੇ ਹੱਥ ਜੋੜ ਕੇ ਪੂਰਨ પ્રેમ ਨਿਮਰਤਾ ਗਰੀਬੀ ਬਸਮਾਤ ਖੁਸ਼ੀ ਇਕਾਗਰਤਾ ਸਹਿਤ ਮਾਫੀ ਮੰਗੀ ਨੇਤਰਾਂ ਚ ਵਰਾਵ ਦਾ ਜਲ ਆ ਗਿਆ ਲੂ ਕੰਡੇ ਖੜੇ ਹੋ ਗਏ ਕਿਹਾ ਆਪ ਜੀ ਖੰਡ ਬ੍ਰਹਮੰਡ ਬੇਅੰਤ ਉਜਾਰਣ ਹਾਰਿਆ ਵਿਆਪਕ ਬ੍ਰਹਮ ਜੀ ਦੇ ਪੂਰਨ ਗੁਰੂ ਅਵਤਾਰ ਅਨਤ ਕਲਾਵਾਨ ਹੋ ਜੀ ਦਾਸ ਅੰਦਾਸ ਕੁਝ ਵੀ ਨਹੀਂ ਦੇ ਸਕੇ ਸਭ ਸੱਚੀ ਸੇਵਾ ਵੀ ਨਹੀਂ ਕਰ ਸਕੇ ਆਪਣੇ ਦਾਸ ਰੀ ਗੂਲੇ ਜਾਣ ਕੇ ਬਖਸ਼ ਲੈਣਾ ਜੀ ਪੂਰਨ ਪ੍ਰੇਮ ਨਿਮਰਤਾ ਦੇ ਸਭ ਬਚਨ ਸੁਣ ਕੇ ਪਰਮ ਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਨੇ ਪੂਰਨ ਪ੍ਰੇਮ ਚ ਢਲ ਕੇ ਕਿਹਾ ਨਿਹਾਲ 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 ਸ਼ਾਬਾਸ਼ ਤਨ 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 ਕਿਹਾ ਜਿਥਾ ਸੋਨੇ ਸਤਗੁਰ ਭਈ ਕਿਰਪਾਲ ਤੁਮ ਦੀਨੋ ਸકલ ਵਿਸਾਲ ਜਿਨ ਤਨ ਜਾ ਅਰਪਣ ਕੀਨਨ ਕਿਆ ਪਾਛੇ ਤੈਨ ਰੱਖ ਲੀਨ ਸੁਣ ਕੇ ਸਤਿਗੁਰੂ ਜੀ ਬੜੇ ਭਾਰੀ ਕਿਰਪਾਲ ਮਿਹਰਬਾਨ ਹੋਏ ਤੁਸੀਂ ਬਹੁਤ ਕੋ ਸਭ ਕੋ ਦੇ ਦਿੱਤਾ ਹੈ ਜਿਨੇ ਆਪਣੀ ਤਨਜਾ ਬੱਚੀ ਦੇ ਦਿੱਤੀ ਉਸ ਨੇ ਪਿੱਛੇ ਕੀ ਰੱਖ ਲਿਆ ਸਭ ਕੁਝ ਹੀ ਦੇ ਦਿੱਤਾ ਇਹ ਕਨਿਆਦਾਨ ਬਹੁਤ ਵੱਡਾ ਦਾਨ ਹੈ ਪਣ ਪੂਜੇ ਸੱਚੇ ਸਤਿਗੁਰੂ ਸਾਹਿਬ ਜੀ ਦੇਤੰਤ ਪਿਆਰੇ ਦੁਲਾਰੇ ਸਚਿਆਰੇ ਨਰਾਰੇ ਸਾਹਿਬ ਜਦੇ ਜੀ ਜਾ ਕੋ ਹਰ ਅਰੰਗੋ ਲਾਗੋ ਇਸ ਉਜਗ ਮਹ ਸੋਕੀਤ ਹੈ ਸੂਰਾ ਅਨਸਾਰ ਅੰਤ ਕਲਾਵਾਨ ਨਿਰਪੈ ਸੂਰਬੀਰ ਮਹਾਨ ਧੰਨ ਬਹਰੀ ਸਤਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਜੀ